ਹਾਂਜੀ ਹਾਂਜੀ, ਮੈਂ ਇਹ ਦੇਖਿਆ ਰਾਤ ਨੂੰ 10:30-11 ਵਜੇ ਦਾ ਟਾਈਮ ਸੀਗਾ। ਮੈਂ ਘਰ ਤੋਂ ਰੋਟੀ ਖਾ ਕੇ ਬਾਬਾ ਹਰੀ ਪਰਾਲੇ ਦੇਰੇ 'ਚ ਜਾ ਰਿਹਾ ਸੀਗਾ, ਉੱਥੇ ਕੰਟ ਜੋ ਚੱਲ ਰਹੀ ਆਪਣੀ ਦੁਸਹਿਰੇ ਤੱਕ, ਅਤੇ ਰਾਤ ਨੂੰ ਉੱਥੇ ਸੌਂਦਾ। ਜਦੋਂ ਵੀ ਮੇਰੇ ਮੋਟਰਸਾਈਕਲ ਦੀ ਉੱਪਰੋਂ ਲਾਈਟ ਪਈ ਹੈ ਤਾਂ ਇੱਥੋਂ ਲੈ ਕੇ ਉਹ ਆਪਣਾ ਨਦੀ ਵੱਲ ਭੱਜ ਗਿਆ ਕੁੱਤੇ ਨੂੰ, ਅਤੇ ਬਹੁਤ ਹੀ ਜ਼ਿਆਦਾ ਖੂਨ ਡਿੱਗਿਆ ਹੋਇਆ ਸੀਗਾ। ਮੈਂ ਦੇਖ ਕੇ ਅਚਾਨਕ ਮੈਂ ਕਿਹਾ ਇੰਨਾ ਖੂਨ, ਫਿਰ ਇੱਥੇ ਪੈੜ ਦੇਖੀ ਗਈ, ਬਾਕੀ ਮੋਤਬਰ ਬੰਦਿਆਂ ਨੂੰ ਫੋਨ ਕੀਤਾ ਤੇ ਹੋਰ ਪਿੰਡ ਦੇ ਵਸਨੀਕ ਕਾਫੀ ਇਕੱਠੇ ਹੋ ਗਏ। ਜੀ ਜੀ, ਵਾਈਲਡ ਲਾਈਫ ਵਾਲਿਆਂ ਨੂੰ ਦਿੱਤੀ ਹੈ ਜੀ, ਆਏ ਸੀਗੇ ਮੌਕਾ ਦੇਖਣ ਵਾਸਤੇ, ਤੇ ਦੇਖ ਕੇ ਗਏ ਨੇ। ਉਹ ਕਹਿੰਦੇ ਵੀ 1-2 ਦਿਨ 'ਚ ਅਸੀਂ ਪਿੰਜਰੇ ਲਗਾ ਜਾਵਾਂਗੇ ਜੀ। ਕਿੰਨਾ ਡਰ ਦਾ ਮਾਹੌਲ ਬਣਿਆ ਹੋਇਆ ਪਿੰਡ 'ਚ? ਪਿੰਡ 'ਚ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੈ ਜੀ, ਲੋਕੀ ਹੁਣ ਸ਼ਾਮ ਟਾਈਮ ਰਾਤ ਵੇਲੇ ਬਾਹਰ ਨਿਕਲਦੇ ਨਹੀਂ, ਕਿਸੇ ਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਨਿਕਲਣਾ ਪਿਆ ਜੀ। ਪਿੰਡ ਵਿੱਚ ਡਰ ਦਾ ਮਾਹੌਲ ਹੈ ਜੀ ਪੂਰਾ, ਕਿ ਰਾਤ ਵੇਲੇ ਜਾਂਦੇ ਰਹਿੰਦੇ ਤਾਂ ਲੋਕੀ, ਸਾਡੇ ਤਾਂ ਇੱਧਰ ਰਾਖੀ ਵੀ ਕਰਨੀ ਪੈਂਦੀ ਹੈ ਲੋਕਾਂ ਨੂੰ, ਕਿ ਫਸਲਾਂ ਰਾਖੀ ਵਰਗੇ ਹੁੰਦੇ ਤਾਂ ਮੱਕੀ ਮੁੱਕੀ ਰੱਖੀ ਜਾਂਦੇ ਲੋਕ, ਉਹਨਾਂ ਨੂੰ ਵੀ ਸੂਚਿਤ ਕਰਨਾ ਪੈਂਦਾ ਜੀ ਰਾਖੀ ਰਾਤ ਜਾਣ ਵਾਸਤੇ, ਕਿ ਉਹਨਾਂ ਨੂੰ ਜਾਨ 'ਤੇ ਬਣੀ ਹੋਈ ਹੈ, ਕਿ ਰਾਖੀ ਨਾ ਕਰੀਏ ਫਿਰ ਫਸਲ ਨਹੀਂ ਹੁੰਦੀ, ਨਾ ਜਾਈਏ ਫਿਰ ਬਾਈ ਖਾ ਲੈਂਦੇ ਹਾਂ ਜੀ। ਅੱਛਾ, ਕਿੰਨਾ ਕੁ ਮਾਹੌਲ ਜਿਹੜਾ ਲੋਕਾਂ ਦੇ ਵਿੱਚ ਲੱਗਿਆ ਕਿ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਾ ਹੈ, ਬੱਚੇ ਸਕੂਲ ਵੀ ਜਾਂਦੇ ਨੇ, ਹੋਰ ਵੀ ਲੋਕਾਂ ਨੇ ਕੰਮਾਂ ਕਾਰਾਂ ਜਾਣਾ, ਜਿਸ ਤਰੀਕੇ ਨਾਲ ਘਟਨਾ ਵਾਪਰੀ ਹੈ, ਇੱਕ ਕੁੱਤੇ ਨੂੰ ਚੁੱਕ ਕੇ ਲੈ ਗਿਆ ਸਿਰੇ ਤੇਂਦੂ, ਉਸ ਤੋਂ ਬਾਅਦ ਕਿੰਨਾ ਕੁ ਲੋਕਾਂ ਦੇ ਵਿੱਚ ਕਿੰਨਾ ਡਰ ਹੈ? ਬਹੁਤ ਡਰ ਦਾ ਮਾਹੌਲ ਹੈ ਜੀ। ਇੱਕ ਤਾਂ ਸਾਡਾ ਸਕੂਲ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਹੈਗਾ ਪੈਦਲ, ਕਿ ਦਿਨ ਵੇਲੇ ਦੁਪਹਿਰ ਵੇਲੇ ਬੱਚਿਆਂ ਨੂੰ ਡਰ ਰਹਿੰਦਾ ਤੇਂਦੂਆ, ਕਿਉਂਕਿ ਰਾਸਤੇ 'ਚ ਉਹਦਾ ਕਿਹੜਾ ਪਤਾ ਲੱਗ ਉਹਨੇ ਕਦ ਆਉਣਾ ਜੀ। ਬਿਲਕੁਲ, ਉਹਦਾ ਬੱਚਿਆਂ ਵੀ ਬਹੁਤ ਡਰ ਦਾ ਮਾਹੌਲ, ਬੱਚਿਆਂ ਨੂੰ ਆਪ ਛੱਡ ਕੇ ਆਉਂਦੇ ਜੀ ਲੋਕ। ਉਹਨਾਂ ਨੂੰ ਕਿਹਾ ਹੋਇਆ, ਸੂਚਿਤ ਕੀਤਾ ਹੋਇਆ, ਕੋਈ ਪਿੰਜਰਾ ਵਗੈਰਾ ਲਾਇਆ ਕਿ ਨਹੀਂ? ਨਹੀਂ, ਉਹ ਕਹਿੰਦੇ ਕੱਲ੍ਹ ਲਾਣਗੇ ਜੀ। ਕੱਲ੍ਹ ਲਾਣਗੇ? ਹਾਂਜੀ। ਕੀ ਅਪੀਲ ਹੈ ਸਰਕਾਰ ਨੂੰ? ਸਰਕਾਰ ਨੂੰ ਇਹ ਅਪੀਲ ਹੈ ਵੀ ਛੇਤੀ ਇਹਨੂੰ ਕਾਬੂ ਪਾਇਆ ਜਾਏ, ਜਾਂ ਪਿੰਜੇ ਲਗਾ ਕੇ, ਜਿੱਦਾਂ ਵੀ ਜਿਹੜੇ ਰਾਖੀ ਪੈਂਦੇ, ਜਿਹੜੇ ਫੋਰੈਸਟ ਨੇ ਰਾਖੇ ਰੱਖੇ ਹੋਏ ਆ ਰਾਤ ਨੂੰ ਪੈਂਦੇ ਆ, ਉਹਨਾਂ ਨੂੰ ਵੀ ਕੋਈ ਟੋਰਚ ਵਗੈਰਾ ਕੋਈ ਦਿੱਤੀ ਜਾਵੇ, ਕਿ ਦੂਰ ਤੋਂ ਜਿੱਦਾਂ ਉਹਨੂੰ ਪਤਾ ਲੱਗ ਸਕੇ ਵੀ ਕੋਈ ਚੀਜ਼ ਆ ਰਹੀ ਹੈ ਜੀ। ਹਾਂਜੀ ਹਾਂਜੀ, ਮੈਂ ਇਹ ਦੇਖਿਆ ਰਾਤ ਨੂੰ 10:30-11 ਵਜੇ ਦਾ ਟਾਈਮ ਸੀਗਾ। ਮੈਂ ਘਰ ਤੋਂ ਰੋਟੀ ਖਾ ਕੇ ਬਾਬਾ ਹਰੀ ਪਰਾਲੇ ਦੇਰੇ 'ਚ ਜਾ ਰਿਹਾ ਸੀਗਾ, ਉੱਥੇ ਕੰਟ ਜੋ ਚੱਲ ਰਹੀ ਆਪਣੀ ਦੁਸਹਿਰੇ ਤੱਕ, ਅਤੇ ਰਾਤ ਨੂੰ ਉੱਥੇ ਸੌਂਦਾ। ਜਦੋਂ ਵੀ ਮੇਰੇ ਮੋਟਰਸਾਈਕਲ ਦੀ ਉੱਪਰੋਂ ਲਾਈਟ ਪਈ ਹੈ ਤਾਂ ਇੱਥੋਂ ਲੈ ਕੇ ਉਹ ਆਪਣਾ ਨਦੀ ਵੱਲ ਭੱਜ ਗਿਆ ਕੁੱਤੇ ਨੂੰ, ਅਤੇ ਬਹੁਤ ਹੀ ਜ਼ਿਆਦਾ ਖੂਨ ਡਿੱਗਿਆ ਹੋਇਆ ਸੀਗਾ। ਮੈਂ ਦੇਖ ਕੇ ਅਚਾਨਕ ਮੈਂ ਕਿਹਾ ਇੰਨਾ ਖੂਨ, ਫਿਰ ਇੱਥੇ ਪੈੜ ਦੇਖੀ ਗਈ, ਬਾਕੀ ਮੋਤਬਰ ਬੰਦਿਆਂ ਨੂੰ ਫੋਨ ਕੀਤਾ ਤੇ ਹੋਰ ਪਿੰਡ ਦੇ ਵਸਨੀਕ ਕਾਫੀ ਇਕੱਠੇ ਹੋ ਗਏ। ਜੀ ਜੀ, ਵਾਈਲਡ ਲਾਈਫ ਵਾਲਿਆਂ ਨੂੰ ਦਿੱਤੀ ਹੈ ਜੀ, ਆਏ ਸੀਗੇ ਮੌਕਾ ਦੇਖਣ ਵਾਸਤੇ, ਤੇ ਦੇਖ ਕੇ ਗਏ ਨੇ। ਉਹ ਕਹਿੰਦੇ ਵੀ 1-2 ਦਿਨ 'ਚ ਅਸੀਂ ਪਿੰਜਰੇ ਲਗਾ ਜਾਵਾਂਗੇ ਜੀ। ਕਿੰਨਾ ਕੁ ਡਰ ਦਾ ਮਾਹੌਲ ਬਣਿਆ ਹੋਇਆ ਪਿੰਡ 'ਚ? ਪਿੰਡ 'ਚ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੈ ਜੀ, ਲੋਕੀ ਹੁਣ ਸ਼ਾਮ ਟਾਈਮ ਰਾਤ ਵੇਲੇ ਬਾਹਰ ਨਿਕਲਦੇ ਨਹੀਂ, ਕਿਸੇ ਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਨਿਕਲਣਾ ਪਿਆ ਜੀ। ਪਿੰਡ ਵਿੱਚ ਡਰ ਦਾ ਮਾਹੌਲ ਹੈ ਜੀ ਪੂਰਾ, ਕਿ ਰਾਤ ਵੇਲੇ ਜਾਂਦੇ ਰਹਿੰਦੇ ਤਾਂ ਲੋਕੀ, ਸਾਡੇ ਤਾਂ ਇੱਧਰ ਰਾਖੀ ਵੀ ਕਰਨੀ ਪੈਂਦੀ ਹੈ ਲੋਕਾਂ ਨੂੰ, ਕਿ ਫਸਲਾਂ ਰਾਖੀ ਵਰਗੇ ਹੁੰਦੇ ਤਾਂ ਮੱਕੀ ਮੁੱਕੀ ਰੱਖੀ ਜਾਂਦੇ ਲੋਕ, ਉਹਨਾਂ ਨੂੰ ਵੀ ਸੂਚਿਤ ਕਰਨਾ ਪੈਂਦਾ ਜੀ ਰਾਖੀ ਰਾਤ ਜਾਣ ਵਾਸਤੇ, ਕਿ ਉਹਨਾਂ ਨੂੰ ਜਾਨ 'ਤੇ ਬਣੀ ਹੋਈ ਹੈ, ਕਿ ਰਾਖੀ ਨਾ ਕਰੀਏ ਫਿਰ ਫਸਲ ਨਹੀਂ ਹੁੰਦੀ, ਨਾ ਜਾਈਏ ਫਿਰ ਬਾਈ ਖਾ ਲੈਂਦੇ ਜੀ। ਅੱਛਾ, ਕਿੰਨਾ ਕੁ ਮਾਹੌਲ ਜਿਹੜਾ ਲੋਕਾਂ ਦੇ ਵਿੱਚ ਲੱਗਿਆ ਕਿ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਾ ਹੈ, ਬੱਚੇ ਸਕੂਲ ਵੀ ਜਾਂਦੇ ਨੇ, ਹੋਰ ਵੀ ਲੋਕਾਂ ਨੇ ਕੰਮਾਂ ਕਾਰਾਂ ਜਾਣਾ, ਜਿਸ ਤਰੀਕੇ ਨਾਲ ਘਟਨਾ ਵਾਪਰੀ ਹੈ, ਇੱਕ ਕੁੱਤੇ ਨੂੰ ਚੁੱਕ ਕੇ ਲੈ ਗਿਆ ਸਿਰੇ ਤੇਂਦੂ, ਉਸ ਤੋਂ ਬਾਅਦ ਕਿੰਨਾ ਕੁ ਲੋਕਾਂ ਦੇ ਵਿੱਚ ਕਿੰਨਾ ਡਰ ਹੈ? ਬਹੁਤ ਡਰ ਦਾ ਮਾਹੌਲ ਹੈ ਜੀ। ਇੱਕ ਤਾਂ ਸਾਡਾ ਸਕੂਲ ਤੋਂ 1.5 ਕਿਲੋਮੀਟਰ ਅੱਗੇ ਜਾ ਕੇ ਹੈਗਾ ਪੈਦਲ, ਕਿ ਦਿਨ ਵੇਲੇ ਦੁਪਹਿਰ ਵੇਲੇ ਬੱਚਿਆਂ ਨੂੰ ਡਰ ਰਹਿੰਦਾ ਤੇਂਦੂਆ, ਕਿਉਂਕਿ ਰਾਸਤੇ 'ਚ ਉਹਦਾ ਕਿਹੜਾ ਪਤਾ ਲੱਗਦਾ ਉਹਨੇ ਕਦ ਆਉਣਾ ਜੀ। ਬਿਲਕੁਲ, ਉਹਦਾ ਬੱਚਿਆਂ ਵੀ ਬਹੁਤ ਡਰ ਦਾ ਮਾਹੌਲ, ਬੱਚਿਆਂ ਨੂੰ ਆਪ ਛੱਡ ਕੇ ਆਉਂਦੇ ਜੀ ਲੋਕ। ਇਸ ਵਿਭਾਗ ਦੇ ਅਧਿਕਾਰੀ ਕਰ ਰਹੇ ਨੇ ਕੁਛ ਬੋਲਡਰ ਲਾਈਫ ਹੁਣ? ਉਹਨਾਂ ਨੂੰ ਕਿਹਾ ਹੋਇਆ, ਸੂਚਿਤ ਕੀਤਾ ਹੋਇਆ, ਕੋਈ ਪਿੰਜਰਾ ਵਗੈਰਾ ਲਾਇਆ ਕਿ ਨਹੀਂ? ਨਹੀਂ, ਉਹ ਕਹਿੰਦੇ ਕੱਲ੍ਹ ਲਾਣਗੇ ਜੀ। ਕੱਲ੍ਹ ਲਾਣ? ਹਾਂਜੀ। ਕੀ ਅਪੀਲ ਹੈ ਸਰਕਾਰ ਨੂੰ? ਸਰਕਾਰ ਨੂੰ ਇਹ ਅਪੀਲ ਹੈ ਵੀ ਛੇਤੀ ਇਹਨੂੰ ਕਾਬੂ ਪਾਇਆ ਜਾਏ, ਜਾਂ ਪਿੰਜੇ ਲਗਾ ਕੇ, ਜਿੱਦਾਂ ਵੀ ਜਿਹੜੇ ਰਾਖੀ ਪੈਂਦੇ, ਜਿਹੜੇ ਫੋਰੈਸਟ ਨੇ ਰਾਖੇ ਰੱਖੇ ਹੋਏ ਆ ਰਾਤ ਨੂੰ ਪੈਂਦੇ ਆ, ਉਹਨਾਂ ਨੂੰ ਵੀ ਕੋਈ ਟੋਰਚ ਵਗੈਰਾ ਕੋਈ ਦਿੱਤੀ ਜਾਵੇ, ਕਿ ਦੂਰ ਤੋਂ ਜਿੱਦਾਂ ਉਹਨੂੰ ਪਤਾ ਲੱਗ ਸਕੇ ਵੀ ਕੋਈ ਚੀਜ਼ ਆ ਰਹੀ ਹੈ ਜੀ।